ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ, ਸੇ ਜੰਤ ਪਏ ਹਰਿਆਵਲੇ, ਜਿਹਨੇ ਮੇਰਾ ਸਤਿਗੁਰੂ ਦੇਖਿਆ ਜਾਏ। ਦੀਨ ਦੁਨੀਆ ਦੇ ਮਾਲਕ ਵੈਰਾਗ ਦੀ ਮੂਰਤ, ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼, ਚੂੰਡਾ ਮੰਡੀ ਲਾਹੌਰ, ਪਿਤਾ ਭਾਈ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੀ ਪਾਵਨ ਕੁੱਖ ਤੋਂ ਹੋਇਆ। ਸਤਿਗੁਰੂ ਜੀ ਹਾਲੇ ਛੋਟੀ ਅਵਸਥਾ ਵਿੱਚ ਹੀ ਸਨ ਅਤੇ ਸਤਿਗੁਰਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ, ਥੋੜ੍ਹੇ ਸਿਆਣੇ ਹੋਏ ਸਨ ਅਤੇ ਸਤਿਗੁਰਾਂ ਦੇ ਪਿਤਾ ਜੀ ਵੀ ਚੜ੍ਹਾਈ ਕਰ ਗਏ। ਸ਼ਰੀਕਾਂ ਨੇ ਆਪਣੇ ਨੇੜੇ ਨਹੀਂ ਲਾਇਆ। ਨਾਨੀ ਜੀ ਸਤਿਗੁਰਾਂ ਨੂੰ ਲੈ ਕੇ ਆਪਣੇ ਨਗਰ ਬਾਸਰਕੇ ਵਿਖੇ ਆ ਕੇ ਉਹਨਾਂ ਨੇ ਬਸੇਰਾ ਕੀਤਾ। ਗੁਰੂ ਅਮਰਦਾਸ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਜਿੱਥੇ ਨਗਰ ਨਿਵਾਸੀ ਸੰਗਤਾਂ ਨੇ ਜਾ ਕੇ ਗੋਬਿੰਦਵਾਲ ਸਾਹਿਬ ਵਿਖੇ ਵਸੇਬਾ ਕੀਤਾ। ਉੱਥੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਦਾ ਨਾਮ ਉਸ ਵਕਤ ਭਾਈ ਜੇਠਾ ਸੀ, ਸਤਿਗੁਰਾਂ ਵਿੱਚ ਜਾ ਕੇ ਗੋਬਿੰਦਵਾਲ ਸਾਹਿਬ ਜਾ ਕੇ ਵਸੇਬਾ ਕੀਤਾ, ਜਿੱਥੇ ਉਹ ਆਪਣੀ ਕਿਰਤ ਕਰਦੇ ਸਨ। ਉੱਥੇ ਸਤਿਗੁਰਾਂ ਨੇ ਬੌਲੀ ਸਾਹਿਬ ਦੀ ਕਾਰ ਸੇਵਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਮਾਤਾ ਮਨਸ਼ਾ ਦੇਵੀ ਨੇ ਇੱਕ ਦਿਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਆਪਣੀ ਬੇਟੀ ਭਾਨੀ ਵਰ ਦੇ ਯੋਗ ਹੈ, ਵਿਆਹੁਣ ਦੇ ਯੋਗ ਹੈ, ਕੋਈ ਵਰ ਲੋੜਨਾ ਚਾਹੀਏ। ਕੋਲੋਂ ਦੀ ਬਾਬਾ ਜੇਠਾ ਜੀ, ਭਾਈ ਜੇਠਾ ਜੀ ਸੀਸ ਉੱਤੇ ਟੋਕਰੀ ਧਰੀ ਲੰਘ ਰਹੇ ਸਨ। ਗੁਰੂ ਅਮਰਦਾਸ ਜੀ ਮਹਾਰਾਜ ਪੁੱਛਦੇ ਨੇ, ਮਨਸਾ ਦੇਵੀ, ਭਾਨੀ ਵਾਸਤੇ ਜੋ ਵਰ ਹੈ ਉਹ ਕੈਸਾ ਚਾਹੀਏ? ਅਤੇ ਮਾਤਾ ਮਨਸਾ ਦੇਵੀ ਜੀ ਕਹਿਣ ਲੱਗੇ ਕਿ ਜੇਠੇ ਜੈਸਾ। ਅਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਬਚਨ ਕੀਤੇ ਸਨ ਕਿ ਜੇਠੇ ਜੈਸਾ ਤਾਂ ਸੰਸਾਰ ਵਿੱਚ ਜੇਠਾ ਹੀ ਹੈ, ਜੇਠੇ ਜੈਸਾ ਸੰਸਾਰ ਵਿੱਚ ਹੋਰ ਕੋਈ ਵੀ ਨਹੀਂ। ਔਰ ਸਤਿਗੁਰਾਂ ਨੇ ਆਪਣੀ ਬੱਚੀ ਬੀਬੀ ਭਾਨੀ ਜੀ ਦਾ ਰਿਸ਼ਤਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਨਾਲ ਕੀਤਾ। ਮਾਤਾ ਮਨਸਾ ਦੇਵੀ ਨੇ ਸਤਿਗੁਰਾਂ ਨੂੰ ਇੱਕ ਦਿਨ ਸਵਾਲ ਕੀਤਾ, ਮਹਾਰਾਜ ਆਪਾਂ ਬੱਚੇ ਦਾ ਰਿਸ਼ਤਾ ਤਾਂ ਕਰ ਦਿੱਤਾ, ਪਰ ਇਹ ਨਹੀਂ ਪੁੱਛਿਆ ਕਿ ਇਹਦਾ ਖਾਨਦਾਨ ਕਿਹੜਾ, ਇਹਦੇ ਕੋਲ ਆਪਣਾ ਘਰ ਵੀ ਹੈ ਕਿ ਨਹੀਂ, ਇਹਦੇ ਕੋਲ ਕੋਈ ਕਮਾਈ ਦਾ ਸਾਧਨ ਵੀ ਹੈ ਕਿ ਨਹੀਂ, ਸਾਡੀ ਧੀ ਨੂੰ ਖਵਾਏਗਾ ਕੀ, ਸਾਡੀ ਧੀ ਨੂੰ ਕਿੱਥੇ ਰੱਖੇਗਾ। ਜੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੜੇ ਭਾਵਪੂਰਤ ਬਚਨ ਕੀਤੇ ਸਨ, ਜੋ ਅੱਖਰ ਅੱਖਰ ਕਰਕੇ ਅੱਜ ਸੱਚ ਨੇ ਕਿਹਾ ਕਿ ਇਹ ਬੰਦੀ ਪਰਮੇਸ਼ਰ ਕੀ, ਇਸਦਾ ਤੂੰ ਖਾਨਦਾਨ ਪੁੱਛਦੀ ਹੈ, ਇਹ ਲਾਹੌਰ ਨਿਵਾਸੀ ਸੋਢੀਆਂ ਦੀ ਕੁੜ ਦਾ ਰਤਨ ਹੈ, ਤੂੰ ਕਹਿੰਦੀ ਹੈ ਕਿ ਇਹਦੇ ਕੋਲ ਖਾਣ ਵਾਸਤੇ ਟੁੱਕੜ ਵੀ ਹੈ ਕਿ ਨਹੀਂ, ਸਾਡੀ ਧੀ ਨੂੰ ਖਿਲਾਏਗਾ ਕੀ, ਇਹਦਾ ਘਰ ਇੰਨਾ ਵੱਡਾ ਹੋਏਗਾ, ਇਹਦਾ ਲੰਗਰ ਇੰਨਾ ਵੱਡਾ ਹੋਏਗਾ ਕਿ ਸੰਸਾਰ ਦੇ ਲੱਖਾਂ ਲੋਕ ਆ ਕੇ ਇਹਦੇ ਲੰਗਰਾਂ 'ਚੋਂ ਪ੍ਰਸ਼ਾਦ ਛੱਕ ਕੇ ਆਪਣੇ ਧੰਨ ਭਾਗ ਸਮਝਿਆ ਕਰਨਗੇ। ਤੂੰ ਕਹਿੰਦੀ ਹੈ ਕਿ ਇਹਦੇ ਕੋਲ ਛੱਤ ਵੀ ਹੈ ਕਿ ਨਹੀਂ, ਸਾਡੀ ਧੀ ਨੂੰ ਕਿੱਥੇ ਰੱਖੇਗਾ, ਇਹਦੀ ਛੱਤ ਇੰਨੀ ਵੱਡੀ ਹੋਏਗੀ, ਇਹਦੀ ਬੁੱਕਲ ਇੰਨੀ ਵੱਡੀ ਹੋਏਗੀ ਕਿ ਸੰਸਾਰ ਦੇ ਲੋਕ ਆ ਕੇ ਇਹਦੇ ਘਰ ਵਿੱਚ ਰਹਿਣ ਬਸੇਰੇ ਕਰਿਆ ਕਰਨਗੇ। ਸੰਗਤ ਜੀ, ਅੱਜ ਸਤਿਗੁਰਾਂ ਦੇ ਪਾਵਨ ਬਚਨ ਅੱਖਰ ਅੱਖਰ ਕਰਕੇ ਸੱਚ ਨੇ। ਅੱਜ ਸਤਿਗੁਰਾਂ ਦਾ ਪਾਵਨ ਦਰਬਾਰ ਸੋਨੇ ਦਾ ਸੱਜਿਆ ਹੋਇਆ, ਲੱਖਾਂ ਦੀ ਗਿਣਤੀ ਸੰਗਤ ਆ ਕੇ ਨਤਮਸਤਕ ਹੁੰਦੀ ਹੈ, ਔਰ ਤਕਰੀਬਨ 2 ਤੋਂ 2.5 ਲੱਖ ਦੇ ਕਰੀਬ ਸੰਗਤ ਰੋਜ਼ਾਨਾ ਲੰਗਰ ਦੇ ਵਿੱਚੋਂ ਪ੍ਰਸ਼ਾਦ ਛਕਦੀ ਹੈ। ਹਜ਼ਾਰਾਂ ਸੰਗਤਾਂ ਆ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਰਹਿਣ ਬਸੇਰੇ ਕਰਦੀਆਂ ਨੇ, ਔਰ ਸਤਿਗੁਰਾਂ ਨੂੰ ਵਸਤਰ ਪਹਿਨਾਉਣ ਵਾਸਤੇ, ਵਸਤਰ ਭੇਟ ਕਰਨ ਵਾਸਤੇ 2-2 ਸਾਲ ਦੀ ਉਡੀਕ ਕਰਨੀ ਪੈਂਦੀ ਹੈ, ਲਾਈਨਾਂ ਲੱਗੀਆਂ ਹੋਈਆਂ ਨੇ। ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬਹੁਤ ਹੀ ਸ਼ਰਧਾ ਔਰ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹੁੰਚ ਕਰਕੇ ਨਤਮਸਤਕ ਹੋ ਕੇ ਦਰਸ਼ਨ ਦੀਦਾਰੇ ਕਰਕੇ ਆਪਣਾ ਜੀਵਨ ਸਫਲਾ ਕਰੀਏ। ਜੋ ਸੰਗਤਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਹੀਂ ਪਹੁੰਚ ਸਕਦੀਆਂ, ਉਹ ਆਪੋ ਆਪਣੇ ਨੇੜੇ ਦੇ ਗੁਰ ਅਸਥਾਨਾਂ 'ਤੇ ਜਾ ਕੇ ਹਾਜ਼ਰੀ ਜ਼ਰੂਰ ਭਰਨ।
ਜੋ ਨੇੜਲੇ ਗੁਰ ਅਸਥਾਨ ਵਿਖੇ ਵੀ ਜਾਣ ਤੋਂ ਕਿਸੇ ਕਾਰਨ ਕਰਕੇ ਅਸਮਰੱਥ ਨੇ, ਸਮਾਂ ਨਹੀਂ ਹੈ ਜਾ ਨਹੀਂ ਸਕਦੇ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਬੈਠ ਕੇ ਹੀ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ, ਜੋ ਖੁਸ਼ੀ ਹੈ, ਉਹ ਆਪਣੇ ਘਰ ਵਿੱਚ ਵੀ ਜ਼ਰੂਰ ਸਾਂਝੀ ਕਰਨ, ਸਤਿਗੁਰਾਂ ਦੀ ਬਾਣੀ ਪੜ੍ਹਨ, ਸਤਿਗੁਰਾਂ ਦਾ ਇਤਿਹਾਸ ਆਪਣੇ ਬੱਚਿਆਂ ਦੇ ਨਾਲ, ਆਪਣੇ ਪਰਿਵਾਰ ਦੇ ਨਾਲ ਸਾਂਝਾ ਜ਼ਰੂਰ ਕਰਨ, ਤਾਂ ਕਿ ਸਾਡੇ ਬੱਚਿਆਂ ਦੀ ਆਸਥਾ ਗੁਰੂ ਸਾਹਿਬਾਨ ਦੇ ਚਰਨਾਂ 'ਤੇ ਬਣ ਆਵੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਸਾਡੀ ਪ੍ਰੀਤ ਬਣ ਆਵੇ। ਸਮੁੱਚੀਆਂ ਸੰਗਤਾਂ ਨੂੰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।